ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅਸੀਂ ਕਿੱਥੇ ਆ ਗਏ ਜੀ ਅਸੀਂ ਆ ਗਏ ਲੁਧਿਆਣੇ ਫੇਰ ਦੁਬਾਰੇ ਅੱਜ ਆਏ ਆ ਅਸੀਂ ਪਵੇਲੀਅਨ ਮਾਲ ਚ ਕੀ ਕਰਨਾ ਆ ਜੋ ਪਿਛਲੀ ਵਾਰ ਕਰਨਾ ਆ ਸੀ ਅੱਜ ਵੀ ਅਸੀਂ ਮੂਵੀ ਦੇਖਣਾ ਆ ਸੋ ਸਟਾਰਟਿੰਗ ਨਹੀਂ ਕੀਤੀ ਸੀ ਪੂਰਾ ਪੂਰਾ ਟਾਈਮ ਹੋ ਗਿਆ ਜਲਦੀ ਜਲਦੀ ਚਲੋ ਆਪਾਂ ਤੁਹਾਨੂੰ ਅੰਦਰ ਜਾ ਕੇ ਮਿਲਦੇ ਹਾਂ ਲਿਫਟਾਂ ਵੀ ਨਹੀਂ ਚਲਾਈਆਂ ਦੇਖ ਲਓ ਕੀ ਹਾਲ ਲਿਫਟ ਦੇ ਵੀ ਐਵੇਂ ਜਾਣਾ ਪੈਂਦਾ ਮੂਵੀ ਸਾਡੀ ਖਤਮ ਹੋ ਗਈ ਮੂਵੀ ਸਾਡੀ ਹੈਗੀ ਬਹੁਤ ਵਧੀਆ ਸੀਗੀ ਮੈਂ ਦਿਖਾਉਣਾ ਇੱਕ ਮਿੰਟ ਹਾਂਜੀ ਦੱਸੋ ਮੂਵੀ ਕਿਵੇਂ ਰਹੀ ਵਧੀਆ ਸੀ ਟੈਂਟ ਸੀ ਪੂਰੀ ਤੇ ਹੁਣ ਆਪਾਂ ਕਿੱਥੇ ਚੱਲੇ ਆ ਆਪਾਂ ਚੱਲੇ ਆ ਇੱਧਰ ਨੂੰ ਤੇ ਆਪਾਂ ਹੁਣ ਚੱਲੇ ਆ ਕਿਸੇ ਨੂੰ ਮਿਲਣ ਹਨਾ ਕਿਸੇ ਨੂੰ ਮਿਲਣ ਉਹਨਾਂ ਨੂੰ ਮਿਲਣ ਚੱਲੇ ਹਾਂ ਬਾਕੀ ਤੁਸੀਂ ਜਾ ਕੇ ਦੇਖ ਲਿਓ ਹਨਾ ਵੀ ਕਿਹਨਾਂ ਨੂੰ ਮਿਲਣ ਚੱਲੇ ਹਾਂ ਤੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਮਾਲ 'ਚ ਆ ਕੇ ਪਹਿਲੀ ਵਾਰ ਬੱਚਾ ਮਾਲ 'ਚ ਆਇਆ ਹੈ ਗੱਡੀ ਜਾ ਕੇ ਮਿਲਦੇ ਹਾਂ ਫਿਰ ਕਰਦੇ ਹਾਂ ਗੱਲਾਂ ਬਾਤਾਂ ਮਾਲ ਚੋਂ ਨਿਕਲੇ ਆਏ ਆ ਆਪਾਂ ਬਾਹਰ ਤੇ ਗੱਡੀ 'ਚ ਬਹਿ ਗਏ ਆ ਤੇ ਗੱਡੀ 'ਚ ਚਲਾ ਰਹੇ ਆ ਹਾਂਜੀ ਤੇ ਹੌਲੀ ਹੌਲੀ ਜਾ ਰਹੇ ਆ 30 ਦੀ ਸਪੀਡ ਤੇ ਹਾਂਜੀ ਤੇ ਮੂਵੀ ਬਹੁਤ ਸੋਹਣੀ ਸੀਗੀ ਯਾਰ ਪਰ ਮਤਲਬ ਓਨਾ ਮਜ਼ਾ ਨਹੀਂ ਆਇਆ ਜਿੰਨਾ ਹਨਾ ਚੱਲ ਮੇਰਾ ਪੁੱਤ 2 ਦੇਖ ਕੇ ਆਇਆ ਸੀ ਹਨਾ ਨਹੀਂ ਪਰ ਵਧੀਆ ਸੀ ਹਾਂ ਉਹ ਵਧੀਆ ਸੀਗੀ ਹਨਾ ਕੈਂਟ ਸੀਗੀ ਥੋੜੇ ਇਹਦੇ ਚ ਨਾ ਸਸਪੈਂਸ ਜੇ ਵੱਧ ਨੇ ਹਾਂਜੀ ਇੱਕ ਗੱਲ ਨੂੰ ਨੇ ਸਸਪੈਂਸ ਜੇ ਥੋੜਾ ਜ਼ਿਆਦਾ ਕ੍ਰੀਏਟ ਕੀਤਾ ਹੋਇਆ ਸੋ ਬੰਦਾ ਉਸ ਐਕਸਾਈਟਮੈਂਟ ਚ ਬੈਠਾ ਰਹਿੰਦਾ ਹਾਂਜੀ ਵੀ ਕਦੋਂ ਖੁੱਲੂ ਭਾਉ ਖੜਾ ਹਾਂ ਭਾਉ ਤਾਂ ਖੜਾ ਹੀ ਹੈ ਨਾ ਬੈਠਾ ਹੁੰਦਾ ਗੱਡੀ ਚਲਾ ਰਿਹਾ ਤੇ ਵੈਸੇ ਪਹਿਲਾਂ ਯਾਰ ਥੋੜਾ ਜੀ ਮਤਲਬ ਇੰਟਰਸਟਿੰਗ ਜਾਂ ਬਣਿਆ ਨਹੀਂ ਸੀ ਨਾ ਇੰਟਰਸਟ ਇਹਨਾਂ ਬਣਿਆ ਨਹੀਂ ਸੀ ਹਾਂ ਜਿਵੇਂ ਜਿਵੇਂ ਅੱਗੇ ਆਉਂਦੀ ਰਹੀ ਅੱਧ ਚ ਪਹੁੰਚੇ ਨਾ ਇੰਟਰਵਲ ਤੋਂ ਬਾਅਦ ਵਾਲੀ ਸਾਰੀ ਵਧੀਆ ਸੀ ਹਾਂਜੀ ਹਾਂਜੀ ਹੈਨਾ ਤੇ ਹੁਣ ਆਪਾਂ ਜਾ ਰਹੇ ਆ ਭਾਜੀ ਉਹਨਾਂ ਨੂੰ ਮਿਲਣ ਦੀਦੀ ਨੂੰ ਮਿਲਣ ਜਿਵੇਂ ਕਿ ਤੁਹਾਨੂੰ ਕਿਹਾ ਹੀ ਸੀ ਆਪਾਂ ਮਿਲਦੇ ਹੀ ਰਹਿਣਾ ਤਾਂ ਮਿਲਦੇ ਹੀ ਰਹਿਣਾ ਅਸੀਂ ਮਿਲਦੇ ਹੀ ਰਹਿਣਾ ਮਿਲਦੇ ਹੀ ਰਹਿਣਾ ਹੁਣ ਆਪਾਂ ਪਹੁੰਚ ਰਹੇ ਆ ਬਸ ਤੁਸੀਂ ਕੀ ਕਰ ਰਹੇ ਮੈਂ ਤੁਹਾਨੂੰ ਕਿਹਾ ਸੀ ਨਾ ਵੀਡੀਓ ਬਾਅਦ ਚ ਬਣਾਵਾਂਗੇ ਪਹਿਲਾਂ ਤੁਸੀਂ ਪਹੁੰਚੋ ਉਹੀ ਕੰਮ ਹੋਇਆ ਚਲੋ ਜੀ ਮਿਲਦੇ ਆ ਫਿਰ ਆਪਾਂ ਮਿਲਦੇ ਆ ਜੀ ਬ੍ਰੇਕ ਹਾਂਜੀ ਕਿੱਥੇ ਆ ਗਏ ਅਸੀਂ ਪਹੁੰਚ ਗਏ ਆਪਾਂ ਪਹੁੰਚ ਗਏ ਤੇ ਮੈਂ ਵੀ ਪਹੁੰਚ ਗਿਆ ਚਲੋ ਅੰਦਰ ਚੱਲੀ ਅੰਦਰ ਚਲੋ ਅੰਦਰ ਚਲੋ ਅੰਦਰ ਚਲੋ ਅੱਜ ਤਿੰਨ ਚਾਰ ਵਜੇ ਖਾ ਰਹੇ ਸੀ ਤੇ ਉਹਨੂੰ ਜੀ ਮੁੜ ਕੇ ਆਣਾ ਸੀਗਾ ਇਹ ਕੋਈ ਗੱਲ ਥੋੜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਕਿੱਦਾਂ ਰਹੇ ਯਾਰ ਮੁੱਲੇ ਵਧੀਆ ਜੀ ਠੀਕ ਆ ਤੇ ਯਾਰ ਨੂੰ ਮੁੱਲੇ ਇੱਧਰ ਸੀਗੇ ਜਲਦ ਜੀ ਗੱਲੇ ਗਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਹਿੰਦੀ ਮੈਨੂੰ ਪਤਾ ਨਹੀਂ ਕੀ ਬਾਤ ਆ ਕਿਵੇਂ ਕੰਮ ਜ਼ਰੂਰੀ ਆ ਬੱਚਾ ਦੇਖੋ ਖਾਣ ਤੇ ਦੇਹ ਦੱਬ ਦਿੱਤਾ ਪਿਆ ਆਏ ਨੀ ਵੀ ਹਨਾ ਨਾਲ ਦੇ ਬੰਦੇ ਨੂੰ ਵੀ ਪੁੱਛ ਲੈਣ ਇਕੱਲੇ ਇਕੱਲੇ ਖਾਣ ਤੇ ਜ਼ੋਰ ਦਿੱਤਾ ਪਿਆ ਤੁਸੀਂ ਵੀ ਨੀ ਟਲੇ ਯਾਰ ਤੁਸੀਂ ਵੀ ਦੇ ਦਿੱਤਾ ਲਓ ਬਾਈ ਚੀਅਰ ਚਲੋ ਹੁਣ ਬਹੁਤ ਜ਼ੋਰਦਾਰ ਬਈ ਬੜਾ ਹੀ ਜ਼ੋਰ ਤੁਸੀਂ ਇਹਦੀ ਕੈਮਰਾ ਕਰਕੇ ਦਿਖਾਓ ਮੈਂ 2-3 ਵਾਰੀ ਤਾਂ ਹੋਰ ਲੈ ਕੇ ਦਿਖਾਉਣਾ ਬੜਾ ਹੀ ਜ਼ੋਰਦਾਰ ਇੱਕ ਹੋਰ ਕੀਲੇ ਟੱਪ ਲਿਆ ਬਸ ਲਾ ਢਿੱਡ ਨਾ ਖਰਾਬ ਕਰ ਲਿਓ ਇੱਕ ਇੱਕ ਕਰਦੇ ਹੋਰ ਤੇ ਸਾਡਾ ਇੱਕ ਪੀਜ਼ਾ ਵੀ ਆ ਗਿਆ ਨਾਲ ਹਾਂ ਜਿਹਨੂੰ ਮੈਂ ਭੋਗ ਲਾ ਗਿਆ ਹਾਂ ਸਾਈਡ ਤੋਂ ਥੋੜਾ ਜਿਹਾ ਤੋੜ ਕੇ ਦਿੱਤਾ ਉਹਨਾਂ ਨੇ ਵੇਖੀ ਜਾ ਜਾ ਆ ਵਧੀਆ ਵੈਸੇ ਕਹਿੰਦੇ ਵੀ ਜੇ ਕਿਤੇ ਬਰਾਬਰ ਬਰਾਬਰ ਨਾ ਆਵੇ ਤਾਂ ਮੁੜ ਕੇ ਲੜ ਪਊ ਹਾਂ ਜਿੱਥੇ ਪੈਂਦੀ ਹੈ ਬਹਿਣ ਦਾ ਤਵੇ ਬਹਿਣੇ ਨਹੀਂ ਇਹ ਇਹਨਾਂ ਵਾਸਤੇ ਆਏ ਨੇ ਵੀ ਚੱਕ ਨਾ ਲੈਣਗੇ
चलो जी फिर खा लिए खा लिए। भाजी कहते तूफान बड़ा उठ खड़िया अंदर पखा ला दिए अंदर अग लग गई तूफान उठ रहा हौली हौली खत्म हो गया देखो इधर शर्म हैगी पीट के खा ली कोई लेके आंदा बेसिक हां जी ते असी घूमी घूमी करके आया लंबी टाइम हो गया 11:30 हां 11:30 हो गए देख लो टाइम दा पता नहीं लगया यार किथे जाना इना ने हैना ओ ऐदा फिर भी नेड़े जाना सन्ने जान नु की नहीं करता ना 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 ट्रिप ना ते चलो हुन आपा वीरे ना बहुत आए ने कर दिए बाय बाय ठीक है फिर उदो बाद मिलते बड़ी बाय भैन भी कर दिए बाय 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 भीरे बाय 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 जी मैं तुम कहता अच्छा पहला इधर बाय करो फिर लाके दूंगा पहला बोलो के बाय उधर बाय फिर मिलेंगे चलो जी ठीक है जी फिर मिलते हैं आप गाड़ी च बह के कैंपिंग कर दो लो जी ऑलमोस्ट 12 बजन च 7 मिनट रह गए हां जी ते थोड़ी थोड़ी बारिश भी आने लग गई आ ते थोड़ी थोड़ी नींद भी आने लग गई आ नींद तो बहुत सारी आ रही है ते आप अद्ध च पहुंच गए हैं बस पहुंचने वाले हैं घरे ते बहुत यार आता ना बहुत गल्ला आ गया बहुत गल्ला आ गया बस की दसिए धक्के उठना पिया काम भी जरूरी ने बाकी आप घरे चलते
ਤੇ ਸ਼ਾਇਦ ਤੁਹਾਨੂੰ ਹੁਣ ਆਪਾਂ ਸਵੇਰੇ ਹੀ ਮਿਲਾਂਗੇ ਉੱਠ ਕੇ ਨੀਂਦ ਆਉਂਦੀ ਆ ਤਾਂ ਉਹ ਖਾਈ ਆ ਸੋਨੇ ਆ ਬਾਕੀ ਦੀਆਂ ਗੱਲਾਂ ਆਪਾਂ ਕੱਲ ਨੂੰ ਕਰਦੇ ਆ ਸੋ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਆਪਾਂ ਸੌਣ ਲੱਗੇ ਆ ਜਾਗ ਰਹੋ ਵਸਦੇ ਰਹੋ ਜਿੱਥੇ ਰਹੋ ਸੇਫ ਰਹੋ ਬਸ ਹੁਣ ਬਾਕੀ ਆਪਾਂ ਸਵੇਰੇ ਗੱਲ ਕਰਾਂਗੇ ਕਿਵੇਂ ਮਿੱਤਰੋ ਦੇਖ ਲਿਆ ਕਿੰਨਾ ਕਿ ਇੰਜੋਏ ਕੀਤਾ ਅਸੀਂ ਫਿਰ ਪੂਰਾ ਇੰਜੋਏ ਹੋਇਆ ਰਾਤ ਹਨਾ ਦੇਖ ਲਿਆ ਦੇਖਿਆ ਨਾ ਪੂਰਾ ਦੇਖਿਆ ਨਾ ਸਕਿਪ ਤਾਂ ਨਹੀਂ ਕਰਿਆ ਬਸ ਠੀਕ ਆ ਆਪਾਂ ਯਾਰ ਹੁਣ ਬਹੁਤ ਲੇਟ ਉੱਠੇ ਤਾਂ ਸੱਜ ਰਹੇ ਸੀ ਪਰ ਲਾਪੀ ਕੀ ਕਰੀਏ ਵਿਚਾਰੀ ਬਿਮਾਰ ਹੋ ਗਈ ਹੈ ਨਾ ਬਾਕੀ ਮੈਂ ਕੰਮ ਕਰਦਾ ਸੀਗਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਾਮਾ ਬੰਦਾ ਮੈਂ ਹੈ ਨਾ ਵਿਹਲ ਤਾਂ ਮੇਰੇ ਕੋਲ ਹੁੰਦਾ ਹੀ ਨਹੀਂ ਬਹੁਤ ਘੱਟ ਹੁੰਦਾ ਅਤੇ ਬਾਕੀ ਯਾ ਤਾਂ ਯਾਰ ਵੀਰੇ ਹੁਣੀ ਕਹਿੰਦੇ ਸੀ ਰਹੋ ਸਾਡੇ ਕੋਲ ਪਰ ਸਾਡੇ ਤੋਂ ਰਹਿ ਨਹੀਂ ਹੋਇਆ ਕਿਉਂਕਿ ਮੋਰਨਿੰਗ ਕੰਮ ਬਹੁਤ ਸੀਗੇ ਬਾਕੀ ਹੌਲੀ ਹੌਲੀ ਸਾਡੇ ਕੋਲ ਨਾ ਘੈਂਟ ਘੈਂਟ ਜਿਹੇ ਟ੍ਰਿਪ ਆ ਰਹੇ ਨੇ ਸਾਡੇ ਕੋਲ ਮਤਲਬ ਅਸੀਂ ਜਾ ਰਹੇ ਹਾਂ ਸਾਡੇ ਕੋਲ ਆ ਰਹੇ ਨੇ ਅਤੇ ਵਧੀਆ ਵਧੀਆ ਪਲੈਨ ਕਰ ਰਹੇ ਹਾਂ ਵੀ ਅਸੀਂ ਕਿੱਥੇ ਤੁਸੀਂ ਦੱਸ ਦਿਓ ਮੋਸਟਲੀ ਵੀ ਕਿੱਥੇ ਜਾਈਏ ਬਾਕੀ ਸਾਡਾ ਜਿੱਥੇ ਦਾ ਪਲੈਨ ਬਣਿਆ ਉੱਥੇ ਤਾਂ ਜਾਣਾ ਹੀ ਆ ਹੋਰ ਵੀ ਤੁਸੀਂ ਦੱਸਿਓ ਵੀ ਕਿੱਥੇ ਕਿੱਥੇ ਅਸੀਂ ਗੇੜੀ 'ਤੇ ਜਾਈਏ ਘੁੰਮਣ ਜਾਈਏ ਤੁਹਾਨੂੰ ਵੀ ਘੁਮਾਈਏ ਨਾਲ ਵਿਚਾਰੀ ਬਿਮਾਰ ਆ ਯਾਰ ਬਾਕੀ ਸੁੱਤੀ ਪਈ ਆ ਟਾਈਮ ਹੋ ਚੁੱਕਿਆ 3:00 ਵੱਜ ਗਏ ਮੈਂ ਯਾਰ ਹੁਣ ਪੁੱਛ ਵੀ ਨਹੀਂ ਸਕਦਾ ਉਹ ਤਾਂ ਸੁੱਤੀ ਵੀ ਜੀ ਵਿਚਾਰੀ ਹੈ ਨਾ ਹਾਏ ਵਿਚਾਰੀ ਅੱਜ ਮੇਰੇ ਮੂੰਹੋਂ ਵਿਚਾਰੀ ਕਿਵੇਂ ਨਿਕਲ ਰਿਹਾ ਚੱਲ ਬਿਮਾਰ ਆ ਬੰਦਾ ਹੈ ਨਾ ਕਹਿ ਦੇਣਾ ਚਾਹੀਦਾ ਕੀ ਪਤਾ ਉੱਠ ਖੜੇ ਉੱਠ ਖੜੇ ਪਰ ਉੱਠਦਾ ਨਹੀਂ ਬਾਕੀ ਵੀਡੀਓ ਸੋਹਣੀ ਲੱਗੀ ਅਸੀਂ ਵੀਡੀਓ ਦਾ ਐਂਡ ਕਰਨਾ ਭੁੱਲ ਗਏ ਸੀ ਤਾਂ ਹੀ ਕੰਮ ਕੁੰਮ ਮੁਕਾ ਕੇ ਵਿਹਲਾ ਹੋ ਗਿਆ ਮੈਂ ਵੀਡੀਓ ਦਾ ਐਂਡ ਕਰਨ ਲੱਗਿਆ ਇਕੱਲਾ ਅਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਅਤੇ ਵੀਰੇ ਭਾਵਾਂ ਵੀਰੇ ਭੈਣ ਦੇ ਚੈਨਲ ਨੂੰ ਵੀ ਗੋਲੂ ਮੋਲੂ ਬਲੌਗਸ ਨੂੰ ਵੀ ਸਬਸਕ੍ਰਾਈਬ ਕਰ ਲਿਓ ਯਾਰ ਕੱਟ ਕਰ ਦਿਓ ਨਾਲੇ ਵੀਡੀਓ ਕੱਟ ਦੇ ਦਿਓ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਅਤੇ ਮਿਲਦੇ ਹਾਂ ਘੈਂਟ ਜੇ ਨੈਕਸਟ ਵਧੀਆ ਬਲੌਗ ਨਾ ਸੋਰੀ ਯਾਰ ਮੈਂ ਹੈ ਨਾ ਜਵਾਨ ਹੋ ਰਹੀ ਹੈ ਮੇਰੀ ਥੋੜ੍ਹੀ ਥੋੜ੍ਹੀ ਕਿਉਂਕਿ ਥੱਕਿਆ ਪਿਆ ਯਾਰ ਕੰਮ ਬਹੁਤ ਕਰਦਾ ਮੈਂ ਠੀਕ ਹੈ ਅਤੇ ਇੱਕ ਗੱਲ ਹੋਰ ਹੈਗੀ ਸੀਗੀ ਯਾਰ ਹੈ ਨਾ ਤੁਸੀਂ ਵੀਡੀਓ ਦੇਖਦੇ ਹੋ ਚੋਰੀ ਚੋਰੀ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਕਿਉਂਕਿ ਮੈਂ ਕੱਲ੍ਹ ਦੇਖਿਆ ਘੱਟੋ 51% ਪੀਪਲ ਨੇ ਜਿਹੜੇ ਲੋਕ ਨੇ ਦੇਖ ਲੈਂਦੇ ਨੇ ਸਬਸਕ੍ਰਾਈਬ ਨਹੀਂ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਤਾਂ ਹੀ ਅਸੀਂ ਘੈਂਟ ਘੈਂਟ ਟ੍ਰਿਪ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਠੀਕ ਆ ਬਾਕੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਤੇ ਚਾਹੁੰਦੇ ਵਾਸਤੇ ਰਹੋ ਬਾਏ ਬਾਏ